ਕਿਉਂਕਿ ਜੀ ਸਾਰੇ ਜਿਹੜੇ ਆਪਾਂ ਐਗਜ਼ੋਟਿਕ ਪੈਟਸ ਤੋਂ ਜਾਂ ਮਤਲਬ ਤੁਹਾਡੇ ਵਾਸਤੇ ਲੈ ਕੇ ਆਏ ਲਾਈਵ ਸਪੀਸੀਜ਼, ਅਤੇ ਜੋ ਜੋ ਫਿਸ਼ ਸਾਡੇ ਕੋਲ ਅਵੇਲੇਬਲ ਆ ਅਤੇ ਜੋ ਜੋ ਆਪਣੇ ਕੋਲ ਆਈਟਮਸ ਅਵੇਲੇਬਲ ਆ ਡੋਗਸ ਦੀ ਹੋਊਗੀ ਅਤੇ ਫਿਸ਼ਿਸ਼ ਦੀ ਹੋਊਗੀ ਅਸੈਸਰੀ ਦੇ ਵਿੱਚ, ਉਹ ਤੁਹਾਨੂੰ ਦਿਖਾਵਾਂਗੇ। ਅੱਜ ਆਪਾਂ ਸ਼ੁਰੂ ਕਰਦੇ ਹਾਂ ਫਸਟ ਆਫ ਆਲ ਇਗਵਾਨਾ ਤੋਂ। ਆਪਣੇ ਕੋਲ ਇਗਵਾਨਾ ਅਵੇਲੇਬਲ ਆ, ਅਤੇ ਹੈਗਾ ਆਪਣਾ ਗ੍ਰੀਨ ਕਲਰ ਦੇ ਵਿੱਚ ਇਗਵਾਨਾ ਵਾ, ਤੁਸੀਂ ਦੇਖ ਸਕਦੇ ਹੋ, ਕੁਆਲਿਟੀ ਚੈੱਕ ਕਰ ਸਕਦੇ ਹੋ, ਹਾਈਟ ਚੈੱਕ ਕਰ ਸਕਦੇ ਹੋ, ਟੇਲ ਦੇਖੋ ਮਿਲਾ ਕੇ, ਪੂਰੀ ਤਾਂ ਪੂਰੀ ਇਹ 2.5 ਫੀਟ ਦੀ ਬਣਦੀ ਹੈ ਇਗਵਾਨਾ, 2.5 ਤੋਂ 3 ਫੀਟ ਦੀ ਇਹਦੀ ਇਸ ਟਾਈਮ 'ਤੇ ਲੈਂਥ ਹੈਗੀ ਹੈ। ਏਜ ਵੀ ਹੈ ਜਿਹੜੀ 1.5 ਤੋਂ 2 ਸਾਲ ਹੈ, ਇਹ ਆਪਣੀ ਆ ਗਈ ਗਵਾਨਾ। ਇਸ ਤੋਂ ਬਾਅਦ ਆਪਾਂ ਆਏ ਨੇ ਹੈਮਸਟਰਸ ਦੇ ਉੱਤੇ, ਜੋ ਆਪਣੇ ਕੋਲ ਸੀਰੀਅਲ ਹੈਮਸਟਰਸ ਅਵੇਲੇਬਲ ਨੇ। ਆ ਤੁਸੀਂ ਹੈਮਸਟਰਸ ਦੇਖ ਸਕਦੇ ਹੋ, ਇੱਥੋਂ ਹੈਮਸਟਰਸ ਅਵੇਲੇਬਲ ਨੇ, ਫੁੱਲ ਲੋਟ ਅਵੇਲੇਬਲ ਇਸ ਟਾਈਮ 'ਤੇ। ਇਹ ਹੈਮਸਟਰਸ ਨੇ, ਸੀਰੀਅਲ ਹੈਮਸਟਰਸ ਆਪਾਂ ਇਹਨਾਂ ਨੂੰ ਕਹਿੰਦੇ ਹਾਂ। ਜੇ ਕਿਸੇ ਨੇ ਪ੍ਰਾਈਸ ਵਗੈਰਾ ਪੁੱਛਣੀ ਹੋ, ਮੈਨੂੰ ਕਮੈਂਟ ਕਰਕੇ ਜਾਂ ਵਟਸਐਪ 'ਤੇ ਮੈਸੇਜ ਜਾਂ ਕਾਲ ਕਰਕੇ ਪੁੱਛ ਸਕਦੇ ਹੋ। ਉਸ ਤੋਂ ਬਾਅਦ ਜੀ ਆਪਣੇ ਕੋਲ ਆ ਗਿਆ ਇਹ, ਇਹਨੂੰ ਆਪਾਂ ਹੈਜੋਕਸ ਕਹਿੰਦੇ ਹਾਂ। ਇਹਨਾਂ ਦੇ ਉੱਪਰ ਸਪਾਈਕਸ ਹੁੰਦੇ ਨੇ, ਜਿੱਦਾਂ ਮੀਨਸ ਕਿ ਆਪਾਂ ਇਹਨੂੰ ਨੋਰਮਲ ਹੈਂਡਸ ਨਾਲ ਨਹੀਂ ਫੜਦੇ, ਜੇ ਆਪਾਂ ਇਹਨੂੰ ਫੜਨਾ ਤਾਂ ਆਪਾਂ ਨੂੰ ਥੱਲੋਂ ਪੇਟ ਤੋਂ ਦੇ ਹੱਥ ਪਾ ਕੇ ਫਿਰ ਫੜਿਆ ਜਾਂਦਾ ਵਾ। ਇਹ ਹੈਜੋਕ ਆ, ਇਹ ਮੀਨਸ ਕਿ ਵੈਸੇ ਲੋਕ ਸ਼ੌਂਕ ਵਾਸਤੇ ਰੱਖਦੇ, ਜਿਹੜੀ ਇਹਦੀ ਫੀਡਿੰਗ ਆ, ਫੀਡ ਦੇ ਵਿੱਚ ਇਹ ਕੈਟ ਫੀਡ ਵੀ ਖਾਂਦਾ ਵਾ, ਅਤੇ ਸੈਕਿੰਡ ਜਿਹੜੇ ਬੋਮਸ ਆਉਂਦੇ ਨੇ ਆਪਣਾ ਮੀਲ ਬੋਮਸ ਆਉਂਦੇ ਨੇ, ਉਹ ਲਾਈਵ ਵੀ ਖਾਂਦਾ ਵਾ। ਠੀਕ ਹੈ, ਤੁਸੀਂ ਇਹ ਦੇਖ ਸਕਦੇ ਹੋ, ਇਹਦੇ ਵਿੱਚ 2 ਕਲਰ ਆਉਂਦੇ ਨੇ, ਇੱਕ ਆ ਖੋਪਰ ਦੇ ਪੋਸਟਰ 'ਚ ਲੱਗਿਆ ਹੋਇਆ, ਇੱਕ ਜਿਹੜਾ ਆਪਣੇ ਕੋਲ ਹੈਗਾ ਪੇਪਰੈਂਟ ਸਾਲ, ਅਤੇ ਇੱਕ ਅਲਬੀਨੋ, 2 ਕਲਰ ਆਉਂਦੇ ਨੇ ਇਹਦੇ ਅੰਦਰ, ਇਹਨੂੰ ਆਪਾਂ ਹੈਜੋਕਸ ਕਹਿੰਦੇ ਹਾਂ। ਉਸ ਤੋਂ ਬਾਅਦ ਆਪਣੇ ਕੋਲ ਆਏ ਨੇ ਸਕੋਰਪੀਅਨਸ, ਇਹ ਮੀਨਸ ਕਿ ਨੋਨ ਲਾਈਟ ਮਾਰਨ, ਜਦੋਂ ਆਪਾਂ ਨੋਨ ਲਾਈਟ ਇਹਨਾਂ ਦੇ ਮਾਰਦੇ ਹਾਂ ਨਾ, ਜਾਂ ਆਪਾਂ ਟੋਰਚ ਮਾਰਦੇ ਹਾਂ, ਤਾਂ ਇਹਨਾਂ ਦਾ ਕਲਰ ਚੇਂਜ ਹੋ ਕੇ ਬਲੂ ਹੋ ਜਾਂਦਾ ਵਾ। ਆਪਣੇ ਕੋਲ ਵੀਡੀਓ ਹੈਗੀ, ਆਪਾਂ ਵੀਡੀਓ ਨਾਲ ਇਹਦੇ ਅਟੈਚ ਕਰ ਦਾਂਗੇ। ਜੋ ਇਹਦੀ ਸਿੰਗਲ ਦੀ ਕੋਸਟਿੰਗ ਆ 3000 ਸਿੰਗਲ ਆ, ਐਗਜ਼ੋਟਿਕ ਆਈਟਮ ਹੈ, ਲੀਗਲ ਹੈ, ਤੁਸੀਂ ਰੱਖ ਸਕਦੇ ਹੋ ਵਿਦ ਪੇਪਰ, ਅਤੇ ਪੋਰਟਰ ਰਜਿਸਟਰ ਕਰਾ ਕੇ ਇਹਨਾਂ ਨੂੰ ਰੱਖ ਸਕਦੇ ਹੋ। ਉਹਦਾ ਸਾਈਜ਼ ਹੈ ਜੋ ਮੈਕਸੀਮਮ 5 ਇੰਚ ਤੱਕ ਚੱਲ ਜਾਂਦਾ ਵਾ। ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜਰਬਿਲਸ, ਅਤੇ ਦੇਖ ਸਕਦੇ ਹੋ ਕਿ ਆਪਣੇ ਕੋਲ ਜਰਬਿਲਸ ਅਵੇਲੇਬਲ ਨੇ। ਇਹ ਜਰਬਿਲਸ ਹੁੰਦੇ ਨੇ, ਮੀਨਸ ਕਿ ਕੋਈ ਕਾਫੀ ਲੋਕ ਇਹਨਾਂ ਨੂੰ ਰੈਟ ਵੀ ਕਹਿੰਦੇ, ਬਟ ਰੈਟਸ ਨਹੀਂ ਹੈਗਾ, ਤੁਸੀਂ ਜ਼ਿਆਦਾਤਰ ਜਿੱਦਾਂ ਕੰਗਾਰੂ ਖੜਾ ਹੁੰਦਾ ਉੱਦਾਂ ਹੀ ਖੜੇ ਹੋ ਜਾਂਦੇ ਦੋ ਲੱਤਾਂ ਦੇ ਉੱਤੇ। ਇਹਨਾਂ ਨੂੰ ਜਰਬਿਲਸ ਕਹਿੰਦੇ ਆ, ਜਿਹੜੀ ਇਹਨਾਂ ਦੀ ਫੀਡ ਹੈ ਉਸ ਪੈਰ ਵਾਲੀ ਫੀਡ ਨੋਰਮਲ ਉਹ ਹੁੰਦੀ ਹੈ, ਵਾਈਟ ਵਾਲਾ ਮੇਨ ਹੈ, ਦੂਜੀ ਵਾਲੀ ਨੋਰਮਲ ਫੀਮੇਲ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਹਿਚਿੰਗ ਕੋਕਰੇਜ, ਇਹਨੂੰ ਆਪਾਂ ਹਿਚਿੰਗ ਕੋਕਰੇਜ ਕਹਿੰਦੇ ਹਾਂ। ਫੁੱਲ ਕਲਰਫੁੱਲ ਆ, ਤੁਸੀਂ ਕਲਰ ਦੇਖ ਸਕਦੇ ਹੋ, ਫੋਰਨ ਦੇ ਕੋਕਰੇਜ ਹੈ, ਇੱਥੇ ਦੇ ਕੋਕਰੇਜ ਨਹੀਂ ਹੁੰਦੇ, ਇਹ ਇੰਡੀਆ ਤੋਂ ਬਾਹਰ ਦੇ ਕੋਕਰੇਜ ਨੇ। ਇਹ ਵੀ ਤੁਹਾਨੂੰ ਮਿਲ ਜੂਗਾ, ਇਹਦਾ ਜੋ ਕੋਸਟਿੰਗ ਆ 2500 ਰੁਪਏ ਸਿੰਗਲ ਪੀਸ ਦੇ ਹਿਸਾਬ ਨਾਲ ਕੋਸਟਿੰਗ ਹੈ ਇਹਦੀ, ਬਾਕੀ ਜੇ ਕੋਈ ਕੁਆਂਟਿਟੀ 'ਚ ਲੈਂਦਾ ਫਿਰ ਉਹਦਾ ਰੇਟ ਘੱਟ ਵੱਧ ਹੋ ਜਾਏਗਾ। ਉਸ ਤੋਂ ਬਾਅਦ ਆਪਣੇ ਕੋਲ ਆ ਗਈ ਮਾਈਕਰੋ ਸਕੁਇਰਲ, ਦੁਨੀਆ ਦੀ ਸਭ ਤੋਂ ਜ਼ਿਆਦਾ ਛੋਟੀ ਗਲੈਰੀ ਆ, ਬਟ ਇਹ ਹੈ, ਇਹ ਭਾਵੇਂ ਤੁਸੀਂ ਬੇਬੀ ਲੈ ਲਓ, ਭਾਵੇਂ ਤੁਸੀਂ ਅਡਲਟ ਲੈ ਲਓ, ਇਹ ਬਾਈਟ ਕਰਦੀ ਹੁੰਦੀ ਹੈ, ਤੁਸੀਂ ਦੇਖ ਸਕਦੇ ਹੋ। ਸਮਾਲੈਸਟ ਹੈ, ਸਭ ਤੋਂ ਛੋਟੀ ਮਾਈਕਰੋ ਇਹਨੂੰ ਤਾਂ ਹੀ ਕਹਿੰਦੇ ਹਾਂ ਆਪਾਂ, ਕਿਉਂਕਿ ਇਹ ਮਾਈਕਰੋ ਦੇ ਵਿੱਚ ਹੁੰਦੀਆਂ ਨੇ। ਇਹ ਵੀ ਇਹਦੇ ਵਿੱਚ ਹੁਣ ਹੋਰ ਵੀ ਅਵੇਲੇਬਲ ਹੋਣਗੀਆਂ, 2-3 ਪੀਸ ਮੇਰੇ ਕੋਲ ਅਵੇਲੇਬਲ ਨੇ, ਤੁਸੀਂ ਦੇਖ ਸਕਦੇ ਹੋ ਬੈਠੀ ਉੱਪਰ। ਆਪਣੇ ਕੋਲ ਲਾਸਟ ਜਿਹੜੀਆਂ 2 ਐਗਜ਼ੋਟਿਕ ਆਈਟਮਸ ਹੋਰ ਅਵੇਲੇਬਲ ਆ, ਆ ਤੁਹਾਨੂੰ ਮੈਂ ਦਿਖਾ ਦਿੰਦਾ। ਇਹ ਆਪਣੇ ਕੋਲ ਬਾਲ ਪਾਈਥਨ ਆਇਆ ਹੋਇਆ ਇਸ ਟਾਈਮ 'ਤੇ, ਜੋ ਕਿ ਇੰਡੀਆ ਦੇ ਵਿੱਚ ਫੁੱਲੀ ਲੀਗਲ ਆ, ਇਹਦੇ ਵਿੱਚ ਕੋਈ ਵੀ ਪੋਇਜ਼ਨ ਨਹੀਂ ਹੁੰਦਾ, ਅਤੇ ਪਾਈਥਨ ਦੇਖ ਸਕਦੇ ਹੋ, ਬਾਲ ਪਾਈਥਨ ਹੈ, ਇਹ 'ਚ ਪੋਇਜ਼ਨ ਨਹੀਂ ਹੁੰਦਾ। ਇਹ ਜਿਹੜਾ ਫੀਡਿੰਗ ਆ, ਹਫ਼ਤੇ 'ਚ ਇੱਕ ਵਾਰ ਫੀਡਿੰਗ ਕਰੀਦੀ ਅਸੀਂ ਇਹਨੂੰ, ਕਿਉਂਕਿ ਹਫ਼ਤੇ 'ਚ ਇੱਕ ਵਾਰ ਹੀ ਖਾਂਦਾ, ਸਿਰਫ ਖਾਂਦਾ ਰੈਟ ਹੈ, ਇਹ ਰੈਟ ਜਾਂ ਮਾਈਸ ਤੁਸੀਂ ਇਹਨੂੰ ਫੀਡ ਕਰ ਸਕਦੇ ਹੋ, ਔਰ ਜ਼ਿਆਦਾ ਕੁਛ ਨਹੀਂ ਖਾਂਦਾ, ਸਿਰਫ ਹਫ਼ਤੇ 1 ਵਾਰ ਖਾਣਾ, ਅਤੇ ਪਾਣੀ ਇਹਨੂੰ ਜ਼ਰੂਰ ਰੱਖਣਾ ਹੀ ਰੱਖਣਾ ਕਿ ਪਾਣੀ ਪੀਵੇ। ਅਸੀਂ ਤਾਂ ਸਿਰਫ ਹੁਣ ਤਾਂ ਕੱਢਿਆ, ਕਿਉਂਕਿ ਵੀਡੀਓ ਦੇ ਵਿੱਚ ਇਹ ਸੀ ਕਿ ਗਿੱਲਾ ਨਾ ਹੋ ਜਾਵੇ ਜਾਂ ਥੱਲੇ ਅਖਬਾਰ ਨਾ ਗਿੱਲੀ ਹੋ ਜਾਵੇ, ਉਸ ਕਾਰਨ ਆਪਾਂ ਨੂੰ ਪਾਣੀ ਕੱਢਣਾ ਪਿਆ ਵਾ। ਇਹਨੂੰ ਕਹਿੰਦੇ ਆਪਾਂ ਪਾਲ ਪਾਈਥਨ, ਇਹਦੇ 'ਚ ਹੋਰ ਵੀ ਕਲਰ ਆਉਂਦੇ, ਅਰਬੀਨੋ ਵੀ ਆਉਂਦਾ ਵਾ, ਪਾਈਟ ਵੀ ਆਉਂਦਾ ਵਾ, ਅਤੇ ਪੈਸਟਲ ਵੀ ਆਉਂਦਾ ਵਾ। ਇਹ ਜਿਹੜਾ ਨੋਰਮਲ ਹੈ ਬਾਲ ਪਾਈਥਨ ਹੈ, ਅਤੇ ਪਾਈਥਨ ਦੇਖ ਸਕਦੇ ਹੋ, ਕੁਆਲਿਟੀ ਵੀ ਚੈੱਕ ਕਰ ਸਕਦੇ ਹੋ, ਇੱਕ ਇੱਕ ਉਹਦੇ ਰਿੰਗਲ ਭੇਜਦੇ ਹੋ। ਇਹ ਸੀਗਾ ਜੀ ਆਪਣਾ ਬਾਲ ਪਾਈਥਨ। ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਮੀਲ ਬੋਮਸ, ਆ ਮੀਲ ਬੋਮਸ ਨੇ, ਤੁਸੀਂ ਮੀਲ ਬੋਮਸ ਦੇਖ ਸਕਦੇ ਹੋ। ਇਹ ਮੇਨਲੀ ਫਿਸ਼ ਦੀ ਫੀਡਿੰਗ ਵਾਸਤੇ ਵੀ ਯੂਜ਼ ਹੁੰਦੇ ਨੇ, ਅਤੇ ਹੈਜੋਕਸ ਵਗੈਰਾ ਹੋ ਗਏ ਜਾਂ ਜਿਹੜੇ ਸਕਿਓਰਪੀਅਨ ਤੁਹਾਨੂੰ ਦਿਖਾਏ ਨੇ, ਉਹਨਾਂ ਦੀ ਫੀਡਿੰਗ ਵਾਸਤੇ ਵੀ ਯੂਜ਼ ਹੁੰਦੇ ਨੇ। ਇਹ ਪਾਲਕ ਦੇ ਪੱਤੇ ਵਗੈਰਾ, ਡੈੱਡ ਲੀਵਸ ਵਗੈਰਾ, ਜੋ ਮਰਜ਼ੀ ਤੁਸੀਂ ਇਹਨੂੰ ਫੀਡ ਕਰ ਸਕਦੇ ਹੋ, ਸਾਰਾ ਕੁਝ ਖਾਂਦੇ ਨੇ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਪਲਾਂਟ ਐਕਵੇਰੀਅਮ, ਤੁਸੀਂ ਦੇਖ ਸਕਦੇ ਹੋ ਲਾਈਵ ਪਲਾਂਟਸ ਦਾ ਐਕਵੇਰੀਅਮ ਆ, ਇਹਦੇ ਅੰਦਰ ਜਿੰਨੇ ਵੀ ਪਲਾਂਟਸ ਨੇ ਸਾਰੇ ਲਾਈਵ ਨੇ, ਜਿਹੜੀ ਸੈਂਡ ਹੈ ਇਹਦੀ ਵੱਖਰੀ ਆਉਂਦੀ ਹੈ, ਮੀਨਸ ਕਿ ਆਪਾਂ ਨੋਰਮਲ ਇਹਨੂੰ ਪੱਥਰਾਂ ਦੇ ਵਿੱਚ ਨਹੀਂ ਲਗਾ ਸਕਦੇ। ਜਿਹੜਾ ਇਹ ਕੰਪਲੀਟ ਸੈਟਅਪ ਹੈ, ਜੇ ਕੋਈ ਸੇਮ ਆਹੀ ਚੀਜ਼ ਆਪਣੇ ਘਰੇ ਲਗਵਾਉਣਾ ਚਾਹੁੰਦਾ, ਤਾਂ 18-19 ਹਜ਼ਾਰ ਦੀ ਪਏਗੀ, ਇੰਕਲੂਡਿੰਗ ਫੇਸ਼ੀਸ, ਡ੍ਰੇਕਵੁੱਡ ਵੀ ਇਹਦੇ ਅੰਦਰ ਇੰਕਲੂਡ ਹੈ, ਸਟੋਨਸ ਵੀ ਬੈਕ ਸਾਈਡ ਦੇ ਇੰਕਲੂਡ ਨੇ, ਉਸ ਤੋਂ ਬਾਅਦ ਕਨਿਸਟਰ ਫਿਲਟਰ ਵੀ ਇੰਕਲੂਡ ਹੈ, ਜਿਹੜੀ ਲਾਈਟ ਹੈ, ਲਾਈਟਿੰਗ ਦੀ ਕੱਲੀ ਲਾਈਟਿੰਗ ਦੀ ਕੋਸਟਿੰਗ 3000 ਸਿੰਗਲ ਕੋਸਟਿੰਗ ਹੈ ਲਾਈਟ ਜੀ। ਠੀਕ ਹੈ, ਪਲਾਂਟਸ ਵੀ ਨੇ ਇਹਦੇ ਅੰਦਰ, ਡ੍ਰੇਕਵੁੱਡਸ ਵੀ ਆ ਗਈ, ਫਿਸ਼ੀਸ ਵੀ ਆ ਗਈਆਂ, ਆਪਣਾ ਕਨਿਸਟਰ ਫਿਲਟਰ, ਲਾਈਟ ਐਂਡ ਸੈਂਡ, ਸਾਰਾ ਕੁਝ ਇੰਕਲੂਡ ਕਰਕੇ 18-19 ਹਜ਼ਾਰ ਦਾ ਰੇਟ ਹੈ। ਆ ਗਈ ਜੀ, ਤੁਸੀਂ ਦੇਖ ਸਕਦੇ ਹੋ, ਇਹ ਆਪਣੇ ਕੋਲ ਐਰੋ
ਇਹ ਸਿਲਵਰ ਐਰਵਾਨਾ ਵਾ 2 ਤੋਂ 2.5 ਫੀਟ ਦਾ ਦਾ ਸਾਈਜ਼ ਹੈ ਤੁਸੀਂ ਇਸ ਕੀ ਮੇਰੀ ਬਾਹਾਂ ਦੇ ਅਕੋਰਡਿੰਗ ਲਗਾ ਸਕਦੇ ਹੋ ਕਾਫੀ ਵੱਡਾ ਸਾਈਜ਼ ਹੈ ਇਹਦਾ ਇਸ ਕੀ ਇਹਦੀ ਏਜ ਹੈਗੀ 5 ਤੋਂ 6 ਸਾਲ ਇਹਦੀ ਏਜ ਹੈ ਕੁਆਲਿਟੀ ਤੇ ਚੈੱਕ ਕਰ ਸਕਦੇ ਹੋ ਫੁੱਲ ਸਕੇਲ ਵਾਲੀ ਹੈ ਤੇ ਇਹ ਤੁਹਾਨੂੰ ਸਿਰਫ ਤੇ ਸਿਰਫ 8000 ਰੁਪਏ ਦੀ ਮਿਲ ਜੂਗੀ ਜੇ ਕੋਈ ਲੈਣਾ ਚਾਹੁੰਦਾ ਹੈ ਮੋਸਟਰ ਟੈਂਕਸ ਤੇ ਮੇਨ ਕੰਮ ਆਉਂਦੀਆਂ ਉਸ ਤੋਂ ਬਾਅਦ ਆਪਣੇ ਕੋਲ ਇਧਰਲੀ ਸਾਈਡ ਤੇ ਆ ਗਿਆ ਸਿਕਲਟ ਟੈਂਕ ਇਹ ਪਰ ਸਿਕਲਟ ਵੈਰਾਈਟੀ ਹੈ ਸਾਰੀ ਇਹਦੇ ਅੰਦਰੋਂ ਪਿੱਛੇ ਬਨਾਨਾ ਸਿਕਲਟ ਹੈ ਉਸ ਤੋਂ ਬਾਅਦ ਨੀਓਨ ਕਾਰ ਆ ਗਈ ਬਾਲਾ ਸ਼ਾਟ ਸਾਰੀਆਂ ਉਸ ਤੋਂ ਬਾਅਦ ਉਹ ਪਿੱਛੇ ਮਲਾਈ ਵੀ ਸਿਕਲਟਸ ਵੀ ਮਿਕਸ ਨੇ ਇਹਦੇ ਅੰਦਰ ਇਹ ਜੇ ਕੋਈ ਕੰਪਲੀਟ ਸੈਟ ਸੇਮ ਆਹੀ ਸੈਕਿੰਡ ਹੈਂਡ ਹੀ ਲੈ ਕੇ ਜਾਂਦਾ ਹੈ ਕਿਉਂਕਿ ਸਕ੍ਰੈਚ ਇੱਥੇ ਬਹੁਤ ਜ਼ਿਆਦਾ ਪਏ ਹੋਏ ਨੇ ਤੇ ਉਹਨੂੰ 15000 ਰੁਪਏ ਦਾ ਸਾਰਾ ਕੁਝ ਮਿਲ ਜਾਏਗਾ ਜੇ ਕੋਈ ਇਹਦੇ ਵਿੱਚ ਹੀ ਨਵਾਂ ਬਣਾਉਣਾ ਚਾਹੁੰਦਾ ਸੇਮ ਆਹੀ ਚੀਜ਼ ਡੈਕੋਰੇਸ਼ਨ ਕਰਕੇ ਤੇ ਸ਼ੀਸ਼ੇ ਵਗੈਰਾ ਨਵਾਂ ਲਗਵਾਉਣਾ ਚਾਹੁੰਦਾ ਸੇਮ ਡਿਟੋ ਆਹੀ ਥੀਮ ਬਣਾਉਣਾ ਚਾਹੁੰਦਾ ਤੇ ਉਹਦੀ ਕੋਸਟਿੰਗ 20000 ਹੋਊਗੀ ਟੈਂਕ ਦੀ ਸੈਂਡ ਦੀ ਫਿਸ਼ਿਸ ਦੀ ਜਿੱਦਾਂ ਪਿਆ ਉਦਾਂ ਹੀ ਟੈਂਕ ਮਸਤੀ ਕਲਾ ਟੈਂਕ ਨਿਊ ਆ ਜਾਏਗਾ ਬਾਕੀ ਸਾਰਾ ਆਹੀ ਮਟੀਰੀਅਲ ਨਵਾਂ ਆ ਜਾਏਗਾ ਬਾਕੀ ਤੁਸੀਂ ਉਸ ਤੋਂ ਬਾਅਦ ਇੱਧਰ ਦੇਖ ਸਕਦੇ ਹੋ ਇੱਧਰ ਆਪਣੇ ਕੋਲ ਆ ਗਏ ਸਨੇਲਸ ਇਹ ਐਪਲ ਸਨੇਲਸ ਆਪਾਂ ਇਹਨਾਂ ਨੂੰ ਕਹਿ ਦਿੰਦੇ ਆ ਤੇ ਇਹਨਾਂ ਦੇ ਵਿੱਚ ਕਲਰ ਹੈ ਜਿਹੜਾ ਇਸ ਟਾਈਮ ਤੇ ਲਾਈਟ ਕਰਕੇ ਥੋੜੇ ਜਿਹਾ ਬ੍ਰਾਈਟ ਹੋਏ ਹੋਏ ਨੇ ਨਹੀਂ ਤਾਂ ਇਹ ਪ੍ਰੋਪਰ ਯੈਲੋ ਕਲਰ ਦੇ ਹੁੰਦੇ ਨੇ ਜਿਹੜੇ ਇਹਨਾਂ ਦੀ ਕੋਸਟਿੰਗ ਹੈ ਐਪਲ ਸਨੇਲ ਦੀ ਤੁਹਾਨੂੰ ਪਊਗੀ 50 ਰੁਪਏ ਸਪੇਅਰ ਉਸ ਤੋਂ ਬਾਅਦ ਆਪਣੇ ਕੋਲ ਨੀਚੇ ਆ ਗਈਆਂ ਬਲੈਕ ਮੋਰ ਫਿਸ਼ ਇਹ ਗੋਲਡ ਫਿਸ਼ ਵੈਰਾਈਟੀਜ਼ ਦੇ ਵਿੱਚ ਬਲੈਕ ਮੋਰ ਆ ਜਾਂਦੀਆਂ ਨੇ ਸਾਈਜ਼ ਤੁਸੀਂ ਦੇਖ ਸਕਦੇ ਹੋ ਸਾਈਜ਼ ਮਿਸ ਕੀ ਪ੍ਰੋਪਰ ਇਸ ਟਾਈਮ ਤੇ 3 ਤੋਂ 2.5 ਇੰਚ ਦੇ ਵਿੱਚ ਵੀ ਜਿਹੜਾ ਸਾਈਜ਼ ਹੈ ਫੁੱਲ ਐਕਟਿਵ ਆ ਕਿਉਂਕਿ ਫਿਲਟਰਸ ਵਗੈਰਾ ਬੰਦ ਕੀਤੇ ਆ ਤਾਂ ਕਿ ਵੀਡੀਓ ਦੀ ਆਵਾਜ਼ ਕਲੀਅਰ ਆ ਸਕੇ ਜੇ ਫਿਲਟਰ ਚੱਲਦੇ ਹੁੰਦੇ ਫਿਰ ਪ੍ਰੋਪਰ ਤੁਹਾਨੂੰ ਮੂਵਿੰਗ ਦਿਖ ਜੂਗੀ ਜਿਹੜੀ ਇਹਦੀ ਕੋਸਟਿੰਗ ਆ 154 ਰੁਪਏ ਪੇਅਰ ਤੁਹਾਨੂੰ ਮਿਲ ਜੂਗਾ ਉਸ ਤੋਂ ਬਾਅਦ ਇਸ ਟਾਈਮ ਤੇ ਮੇਰੇ ਕੋਲ ਰੈਡ ਕਾ ਤਾਂ ਸਿਰਫ ਇੱਕ ਪੇਅਰ ਰਹਿ ਗਿਆ ਅਵੇਲੇਬਲ ਸਿਰਫ ਤੇ ਸਿਰਫ 80 ਰੁਪਏ ਪੇਅਰ ਹੈ ਤੁਸੀਂ ਦੇਖ ਸਕਦੇ ਹੋ ਇਸ ਤੋਂ ਉੱਪਰ ਆ ਰਹੀ ਹੈ ਐਲੀਗੇਟਰ ਗਾਰ ਇਹ ਗਾਰ ਫਿਸ਼ ਹੈ ਇਹ ਵੀ ਮੋਸਟਰ ਟੈਂਕ ਦੇ ਵਿੱਚ ਰੱਖੀ ਜਾਂਦੀ ਹੈ ਠੀਕ ਹੈ ਇਹ ਮਗਰਮੱਛ ਵਰਗੀ ਹੁੰਦੀ ਥੋੜੀ ਦੇਖਣ ਨੂੰ ਤੁਸੀਂ ਦੇਖ ਸਕਦੇ ਹੋ ਇਹ ਐਲੀਗੇਟਰ ਗਾਰ ਹੈ ਇਹਨੂੰ ਮੇਨ ਮੀਲ ਬੋਨਸ ਵੀ ਤੁਸੀਂ ਦੇ ਸਕਦੇ ਹੋ ਲਾਵਾ ਵੀ ਦੇ ਸਕਦੇ ਹੋ ਇਹਦੀ ਜਿਹੜੀ ਕੋਸਟਿੰਗ ਹੈ 2000 ਰੁਪਏ ਸਿੰਗਲ ਹੈ ਸਾਈਜ਼ ਇਸ ਟਾਈਮ ਤੇ 8 ਤੋਂ 9 ਇੰਚ ਦੇ ਵਿੱਚ ਹੋ ਗਿਆ ਉਸ ਤੋਂ ਬਾਅਦ ਆਪਾਂ ਇਸ ਤੋਂ ਉੱਪਰ ਆ ਜਾਈਏ ਇਹ ਬਲੈਕਿਸ਼ ਵਾਟਰ ਟੈਂਕ ਆਪਾਂ ਬਣਾਇਆ ਹੋਇਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੀ ਆ ਨੀਚੇ ਫਿਸ਼ ਹੈ ਇਹਨਾਂ ਆਪਾਂ ਲੀਲੀਗ੍ਰਾਮੀ ਕਹਿੰਦੇ ਆ ਜਿਹੜੀ ਆ ਨੀਚੇ ਆ ਫਿਸ਼ ਹੈ ਇਹ ਲੀਲੀਗ੍ਰਾਮੀ ਆ ਗਈ ਤੇ ਕੁਝ ਇਹਦੇ ਨਾਲ ਗੱਪੀਸ ਐਡ ਕੀਤੀਆਂ ਹੋਈਆਂ ਤੁਸੀਂ ਉੱਪਰਲੇ ਪਾਸੇ ਬਾਟਮ ਤੇ ਦੇਖ ਸਕਦੇ ਹੋ ਗੱਪੀਸ ਫਿਸ਼ ਹੈ ਗੱਪੀ ਦਾ ਜੋ ਪ੍ਰਾਈਸ ਆ 50 ਪੇਅਰ ਹੈ ਉਹ ਜੋ ਲੀਲੀ ਦਾ ਪ੍ਰਾਈਸ ਹੈ ਉਹ 100 ਪੇਅਰ ਹੈ ਉਸ ਤੋਂ ਬਾਅਦ ਆਪਾਂ ਉੱਪਰ ਆ ਜਾਈਏ ਮੋਸਟਰ ਟੈਂਕ ਦੇ ਵਿੱਚ ਹੀ ਰੱਖਣ ਵਾਸਤੇ ਇਹ ਆ ਜਾਂਦੀ ਹੈ ਸਪੋਰਟਡ ਸਪੋਰਟਡ ਦੀ ਕੋਸਟਿੰਗ ਪਹਿਲੀ 400 ਰੁਪਏ ਤੇ ਹੈ ਪਰ ਆਪਣੇ ਕੋਲ ਇੱਧਰ ਜੈਂਟ ਗ੍ਰਾਮੀ ਅਵੇਲੇਬਲ ਹੈ ਜੈਂਟ ਗ੍ਰਾਮੀ ਦਾ ਰੇਟ ਜੋ ਸਿੰਗਲ ਪੀਸ ਦਾ 600 ਰੁਪਏ ਸਿੰਗਲ ਪੀਸ ਦਾ ਅਵੇਲੇਬਲ ਹੈ ਵਾਈਟ ਵਾਲਾ ਜਿਹੜਾ ਹੈ ਪੀਸ ਉਸ ਤੋਂ ਬਾਅਦ ਆਪਾਂ ਆ ਜਾਈਏ ਫੀਡਸ ਦੇ ਵਿੱਚ ਆਪਣੇ ਕੋਲ ਟਰਟਲ ਫੀਡ ਦਾ ਫੁੱਲ ਸਟਾਕ ਅਵੇਲੇਬਲ ਆ ਉਸ ਤੋਂ ਬਾਅਦ ਆਪਣਾ ਫਿਸ਼ ਫੀਡ ਸਾਰੀਆਂ ਫਿਲਟਰ ਸਾਰੇ ਉਸ ਤੋਂ ਬਾਅਦ ਕੇਜਿਸ ਬਰਡਸ ਵਾਸਤੇ ਉਸ ਤੋਂ ਬਾਅਦ ਡੋਗ ਦੀ ਅਸੈਸਰੀ ਜਿੰਨੀ ਵੀ ਆਪਣੇ ਕੋਲ ਸਾਰੀ ਡੋਗ ਦੀ ਅਸੈਸਰੀ ਅਵੇਲੇਬਲ ਆ ਉਸ ਤੋਂ ਬਾਅਦ ਆ ਗਏ ਫਿਸ਼ ਤੇ ਅਕਵੇਰੀਅਮ ਵਾਲੇ ਟੋਇਜ਼ ਐਂਡ ਪਲਾਂਟਸ ਫਿਰ ਆ ਸਾਰਾ ਫਿਸ਼ ਦਾ ਸੈਕਸ਼ਨ ਆ ਗਿਆ ਆਪਣੇ ਕੋਲ ਆ ਬਰਡਸ ਦਾ ਆ ਗਿਆ ਫੀਡਸ ਮੈਡੀਸਿਨ ਹਰਟਸ ਉਸ ਤੋਂ ਬਾਅਦ ਆਪਣਾ ਫੀਡਿੰਗ ਬਾਉਲਸ ਲੈਟਰਮ ਬਟਨ ਸਾਰਾ ਕੁਝ ਆਪਣੇ ਕੋਲ ਅਵੇਲੇਬਲ ਹੈ ਉਸ ਤੋਂ ਬਾਅਦ ਆਪਾਂ ਇੱਧਰ ਆ ਜਾਈਏ ਡੋਗਸ ਦਾ ਸੈਕਸ਼ਨ ਆ ਗਿਆ ਉੱਪਰਲੇ ਪਾਸੇ ਗ੍ਰੇਵੀ ਕੋਮ ਸਾਰਾ ਕੁਝ ਨੀਚੇ ਵੀ ਗ੍ਰੇਵੀ ਉਸ ਤੋਂ ਬਾਅਦ ਸ਼ੈਂਪੂਜ਼ ਵਗੈਰਾ ਜੋ ਵੀ ਮੈਡੀਸਿਨਸ ਨੇ ਆ ਉਹ ਆ ਗਈਆਂ ਉਸ ਤੋਂ ਬਾਅਦ ਆਪਾਂ ਨੀਚੇ ਆ ਜਾਈਏ ਇਹ ਬਿਸਕਿਟਸ ਤੇ ਚੂ ਸਟਿਕਸ ਆ ਗਈਆਂ ਜਿੱਦਾਂ ਕਾਫੀ ਡੋਗਸ ਹੈ ਜਦੋਂ ਟੀਥ ਆਉਂਦੇ ਨੇ ਉਸ ਟਾਈਮ ਤੇ ਆਪਾਂ ਚੂ ਸਟਿਕਸ ਦੇ ਸਕਦੇ ਹਾਂ ਆ ਬੋਲ ਆ ਗਈ ਖੇਡਣ ਵਾਸਤੇ ਰਬੜ ਦੀ ਨਿਊ ਸਟੋਕ ਆਇਆ ਹੈਗਾ ਅਸੀਂ ਦੇਖ ਸਕਦੇ ਹਾਂ ਬੋਲ ਕਲਰ ਹੈ ਇਸ ਕੀ ਜਦੋਂ ਮਾਰੋਗੇ ਤਾਂ ਆਪਣਾ ਕਲਰ ਵਿੱਚ ਉਹ ਚੇਂਜ ਕਰਦਾ ਬਲੂ ਕਲਰ ਦੇ ਵਿੱਚ ਵੀ ਅਵੇਲੇਬਲ ਹੈ ਰੈੱਡ ਕਲਰ ਦੇ ਵਿੱਚ ਵੀ ਔਰੇਂਜ ਦੇ ਵਿੱਚ ਵੀ ਬਾਕੀ ਡੋਗਸ ਤੇ ਟੋਇਜ਼ ਆ ਗਏ ਟੋਇਜ਼ ਵੀ ਤੁਸੀਂ ਦੇਖ ਸਕਦੇ ਹੋ ਫੁੱਲ ਪੈਕ ਇਸ ਟਾਈਮ ਤੇ ਅਵੇਲੇਬਲ ਆ ਆਪਣੇ ਕੋਲ ਉਸ ਤੋਂ ਬਾਅਦ ਨੀਚੇ ਤੁਸੀਂ ਦੇਖ ਸਕਦੇ ਹੋ ਆਪਣਾ ਕੇਜ ਆ ਗਿਆ ਡੋਗ ਦਾ ਉਹਦੇ ਵਿੱਚ ਬਾਉਲ ਡੀ ਟਾਈਪ ਬਾਉਲ ਆ ਗਏ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਬਰਡਸ ਦੀ ਅਸੈਸਰੀ ਹੈ ਜਿੱਦਾਂ ਵਿੰਗਸ ਆ ਗਏ ਜਿੱਦਾਂ ਬਰਡਸ ਇੱਥੇ ਬਹਿ ਕੇ ਖੇਡਦੇ ਆ ਝੂਟਾ ਝੂਟਦੇ ਨੇ ਉਹ ਆ ਗਏ ਉਸ ਤੋਂ ਬਾਅਦ ਇੱਕ ਮੇਨ ਹਕਾਰੀ ਦੀ ਫੀਡ ਆ ਜੋ ਬਹੁਤ ਜ਼ਿਆਦਾ ਡਿਮਾਂਡਿੰਗ ਦੇ ਵਿੱਚ ਰਹਿੰਦੀ ਹੈ ਸਿਰਫ ਤੇ ਸਿਰਫ 600 ਰੁਪਏ ਪੈਕੇਟ ਦਾ ਰੇਟ ਹੈ ਵੈਸੇ ਜੇ ਤੁਸੀਂ ਮਾਰਕੀਟ ਲਓਗੇ 1000 ਰੁਪਏ 800 ਰੁਪਏ ਇਦਾਂ ਮਿਲਦਾ ਫਿਸ਼ ਨੈਟ ਆ ਜਾਂਦੀ ਹੈ ਇਸ ਤੋਂ ਬਾਅਦ ਹੋਲੀਡੇ ਪੈਕਸ ਆ ਜਾਂਦੇ ਆ 3 ਮਿਲੀਅਨ ਬਬਲ ਜਿਹੜੇ ਪਿੱਛੇ 에ਅਰ ਨਿਕਲ ਜੀ ਜਿੱਤੋਂ ਉਸ ਤੋਂ ਬਾਅਦ ਆਪਣੇ ਕੋਲ ਆ ਗਈਆਂ ਬੋਸ ਕੈਸ਼ਮ ਬੋਸ ਤੋਂ ਡੋਗਸ ਵਾਸਤੇ ਹੁੰਦੀਆਂ ਨੇ ਫਿਰ ਕੈਟ ਦੀ ਗ੍ਰੇਵੀ ਆ ਗਈ ਫੀਡ ਦੀ ਗ੍ਰੇਵੀ ਉਸ ਤੋਂ ਬਾਅਦ ਜਸਟ ਲਵ ਦੀ ਫੀਡ ਆ ਗਈ ਜੋ ਆਪਣਾ ਡੋਗਸ ਵਾਸਤੇ ਯੂਜ਼ ਹੁੰਦੀਆਂ ਉਸ ਤੋਂ ਬਾਅਦ ਆ ਫੀਡ ਰਿਪੇਅਰ ਜਿਹੜੇ ਆਪਾਂ ਦਿਖਾਏ ਸੀ ਆ ਕੈਟ ਦੇ ਟੋਇਜ਼ ਆ ਗਏ ਪੈਡੀਗਰੀ ਆ ਗਈ ਪਿੱਛੇ ਵੀ ਪੈਡੀਗਰੀ ਆ ਨੀਚੇ ਤੁਸੀਂ ਦੇਖ ਸਕਦੇ ਹੋ ਡਰੂਸ ਦੀ ਪੈਡੀਗਰੀ ਪਈ ਆ ਹੁਣ ਆਪਾਂ ਅੱਜ ਦੇਖਦੇ ਆ ਬਰਡਸ ਚ ਆਪਣੇ ਕੋਲ ਕੀ ਅਵੇਲੇਬਲ ਆ ਬਰਡਸ ਦੇ ਵਿੱਚ ਆਪਣੇ ਕੋਲ ਸਭ ਤੋਂ ਪਹਿਲਾਂ ਸਨਕਰੂਰ ਆ ਜੋ ਅਫਰੀਕਨ ਗ੍ਰੇ ਸੀ ਉਹ ਸਾਡਾ ਸੇਲ ਹੋ ਚੁੱਕਾ ਵਾ ਇਸ ਟਾਈਮ ਤੇ ਕੱਲਾ ਸਨਕਰੂਰ ਦਾ ਸਿੰਗਲ ਪੀਸ ਰਹਿ ਗਿਆ ਜਿਹਦਾ ਨਾਮ ਮੈਂਗੋ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਨੀਚੇ ਦੇਖ ਸਕਦੇ ਆ ਪਰਸ਼ੀਅਨ ਕੈਟ ਹੈ ਤੁਹਾਨੂੰ ਦਿਖਾ ਦਿੰਦਾ ਹਾਂ ਕੋਡ ਆਈ ਦੇ ਵਿੱਚ ਪਰਸ਼ੀਅਨ ਕੈਟ ਹੈ ਇਹ ਮੇਲ ਸਟੱਡ ਹੈ ਇਹਦਾ ਰੇਟ ਹੈ ਜੋ ਇਸ ਟਾਈਮ ਤੇ ਆਫਰ ਹੈ ਆਹ ਵੀਡੀਓ ਵਾਸਤੇ ਸਿਰਫ ਤੇ ਸਿਰਫ 5000 ਰੁਪਏ ਸਿੰਗਲ ਲਾਸਟ ਪੀਸ
ਆਪਣੇ ਕੋਲ ਬਲੈਕ ਕਲਰ ਦੇ ਵਿੱਚ ਪਰਸ਼ੀਅਨ ਕੈਟ ਦਾ ਮੇਲ ਅਵੇਲੇਬਲ ਆ, ਕੁਆਲਿਟੀ ਵੀ ਦੇਖ ਸਕਦੇ ਹੋ, ਤੁਰਫਾ ਵਾਲੀ ਮੇਲ ਆ ਇਹ, ਅਤੇ ਸਿਰਫ ਤਾਂ ਸਿਰਫ 4000 ਰੁਪਏ ਦੀ ਕੋਸਟਿੰਗ ਆ। ਉਸ ਤੋਂ ਬਾਅਦ ਆਪਣੇ ਕੋਲ ਆ ਗਏ ਜਿਹੜੇ ਉੱਡਣ ਵਾਲੇ ਕਬੂਤਰ ਹੁੰਦੇ ਨੇ ਪੰਜਾਬੀ ਮਲਵਈ ਦੇ ਵਿੱਚ, ਇਹ ਪੀਜਨ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਸਾਰੇ ਉੱਡਣ ਵਾਲੇ ਕਬੂਤਰ ਨੂੰ। ਆ ਜਦਾਰ ਪੀਜਨ ਆ, ਥੋੜ੍ਹਾ ਪਾਕਿਸਤਾਨੀਆਂ ਦੇ ਵਿੱਚ ਆ ਜਾਂਦਾ ਵਾ, ਬੋਰਡਰ ਵਾਲੇ ਆਪਾਂ ਇਹਨਾਂ ਨੂੰ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਆ ਨੋਰਮਲ 'ਚ ਆ ਗਿਆ, ਗਲਾਕਸ ਦਾ ਪੀਜਨ ਦੇ ਵਿੱਚ ਆ ਜਾਂਦਾ ਵਾ, ਇਹ ਵਾਈਟ ਦੇ ਵਿੱਚ ਆ ਜਾਂਦੇ ਨੇ। ਵਾਈਟ ਵੀ ਸਾਰੇ ਪੀਜਨਸ 'ਤੇ ਚੈੱਕ ਕਰ ਸਕਦੇ ਹੋ, ਜਿਸ ਕਹਿੰਦੇ ਨੇ ਤੁਸੀਂ ਦੇਖ ਸਕਦੇ ਹੋ। ਇੰਡੀਅਨ ਪੈਂਟਲ ਦੇ ਵਿੱਚ ਕੀ ਹੁੰਦਾ, ਪੈਰਾਂ 'ਤੇ ਮੋਜ ਨਹੀਂ ਹੁੰਦੀ, ਇਹਦੇ ਹੈ ਇਹ ਅਮੈਰੀਕਨ ਅਤੇ ਇੰਡੀਅਨ ਮਿਕਸ ਹੈ, ਠੀਕ ਹੈ। ਇਹ ਇੰਡੀਅਨ ਪੈਂਟਲ, ਇਹਦਾ ਪੇਅਰ ਆ ਜਿਹੜਾ 1200 ਰੁਪਏ ਪੇਅਰ ਹੈ। ਉਸ ਤੋਂ ਬਾਅਦ ਆਪਾਂ ਨੀਚੇ ਦੇਖੀਏ, ਨੀਚੇ ਆਪਣੇ ਕੋਲ ਅਮੈਰੀਕਨ ਪੈਂਟਲ ਪਿਓਰ ਦੇ ਵਿੱਚ ਆ ਗਏ, ਅਮੈਰੀਕਨ ਪੈਂਟਲ ਦੇ ਵਿੱਚ ਪਿਓਰ ਨੇ। ਉਹਦੇ ਦੇ ਕਲਰ ਵੀ ਚੈੱਕ ਕਰ ਸਕਦੇ, ਵਾਈਟ ਕਲਰ ਵੀ ਹੈ, ਬਲੈਕ ਐਂਡ ਵਾਈਟ ਵੀ ਹੈ, ਪ੍ਰੋਪਰ ਬਲੈਕ ਵੀ ਹੈ। ਉਸ ਤੋਂ ਬਾਅਦ ਆਹ ਕਲਰ ਸਭ ਤੋਂ ਜ਼ਿਆਦਾ ਯੂਨੀਕ ਆ, ਤੁਸੀਂ ਕਲਰ ਚੈੱਕ ਕਰੋ, ਇਹਨੂੰ ਆਪਾਂ ਗ੍ਰੇ ਕਲਰ ਕਹਿ ਦਿੰਦੇ ਹਾਂ। ਮੇਰੀ ਕਲਰ ਮੇ ਵੀ ਹਲੇ ਸ਼ੋਅਰ ਨਹੀਂ ਹੋਇਆ ਤੁਹਾਨੂੰ, ਕਲਰ ਬਹੁਤ ਸੋਹਣਾ, ਅਸੀਂ ਕਲਰ ਚੈੱਕ ਕਰ ਸਕਦੇ ਗ੍ਰੇ ਕਲਰ ਦੇ ਵਿੱਚ। ਉਸ ਤੋਂ ਬਾਅਦ ਆਪਣੇ ਕੋਲ ਆਉਂਦੇ ਅੰਗੋਰਾ ਰੈਪ, ਇਹਨੇ ਜੀ ਆਪਣੇ ਕੋਲ ਅੰਗੋਰਾ ਰੈਪ ਸਟੇਟ, ਤੁਸੀਂ ਦੇਖ ਸਕਦੇ ਹੋ ਫੀਡਨ ਨੂੰ ਪਹਿਲੇ ਪਾਈ ਹੁੰਦੀ ਆਪਾਂ ਤਾਂ ਕਿ ਭੁੱਖੇ ਨਾ ਆਏ। ਇਹ ਅੰਗੋਰਾ ਰੈਪਿਟ ਦੇ ਵਿੱਚ ਆ ਗਏ, ਅੰਗੋਰਾ ਰੈਪਿਟ ਅਤੇ ਨੋਰਮਲ ਰੈਪਿਟ ਦੀ ਡਿਫਰੈਂਸ ਕੀ ਹੈ, ਤੁਸੀਂ ਹੇਅਰ ਕੁਆਲਿਟੀ ਚੈੱਕ ਕਰ ਸਕਦੇ, ਸਾਈਜ਼ ਚੈੱਕ ਕਰ ਸਕਦੇ। ਇੱਧਰ ਆਪਣੇ ਕੋਲ ਨੋਰਮਲ ਰੈਪਿਟ ਸਰ, ਤੁਸੀਂ ਦੋਨਾਂ ਨੂੰ ਜੇ ਐਜ਼ ਏ ਕੰਪੇਅਰ ਕਰੋਗੇ ਤੁਸੀਂ ਦੇਖ ਸਕਦੇ ਹੋ ਉਹਦਾ ਸਾਈਜ਼ ਇਸ ਤੋਂ ਬਹੁਤ ਜ਼ਿਆਦਾ ਵੱਡਾ ਵਾ, ਅਤੇ ਇਹ ਦੋਨਾਂ ਵੀ ਸੇਮ ਹੈ, ਇਹ ਵੀ 8 ਮੰਥਸ 'ਤੇ ਅਤੇ ਉਹ ਵੀ 8 ਮਹੀਨਿਆਂ ਦੇ। ਇਹਦੇ ਵਿੱਚ ਆ ਗਿਆ ਆਪਣੇ ਕੋਲ ਇੰਡੀਅਨ ਰੈਬਿਟਸ, ਜਿਹੜੀ ਇਹਨਾਂ ਦੀ ਇੰਡੀਅਨ ਰੈਬਿਟ ਦੀ ਕੋਸਟਿੰਗ ਹੈ, ਇਹ ਤੁਹਾਨੂੰ ਪਊਗੀ 500 ਰੁਪਏ ਪੇਅਰ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਕੁਆਲਿਟੀ, ਇਹ ਬਲੈਕ ਐਂਡ ਵਾਈਟ, ਅਤੇ ਇਹ ਬਲੈਕ ਐਂਡ ਵਾਈਟ 400 ਰੁਪਏ ਪੇਅਰ ਹੈ, ਜਿਹੜਾ ਵਾਈਟ ਵਾਲਾ ਵਾ ਉਹ ਤੁਹਾਨੂੰ ਪੈਣਾ 500 ਰੁਪਏ ਪੇਅਰ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਗਿਨੀ ਪਿਗ, ਵੀ ਮੋਸਟ ਡਿਮਾਂਡਿੰਗ ਆਈਟਮ ਹੈ, ਜਿਹੜੇ ਕਾਫੀ ਕਸਟਮਰ ਡਿਮਾਂਡ ਕਰਦੇ ਗਿਨੀ ਪਿਗ ਚਾਹੀਦੇ ਨੇ, ਅਤੇ ਵਿਸਲਿੰਗ ਕਰ ਦਿੰਦੇ ਤਾਂ ਗਿਨੀ ਪਿਗਸ। ਇਹਦੇ ਵਿੱਚ ਸਰਵ ਤਿੰਨ 4 ਕਲਰ ਅਵੇਲੇਬਲ ਹੈ, ਵੀ ਕਲਰ ਚੈੱਕ ਕਰ ਸਕਦੇ ਹੋ, ਫੁੱਲੇ ਦੇ ਕਲਰ ਦੇਖੋ ਕਿੰਨੀ ਵਧੀਆ ਵਾ। ਇਹ ਆਪਣੇ ਕੋਲ ਗਿਨੀ ਪਿਗਸ ਨੇ, ਅਤੇ ਇਹਨਾਂ ਦੀ ਜਿਹੜੀ ਕੋਸਟਿੰਗ ਹੈ 1500 ਰੁਪਏ ਪੇਅਰ ਦੀ ਕੋਸਟਿੰਗ ਹੈ, ਇਸ ਕੀ ਜੇ ਕੋਈ ਕਿਸੇ ਨੇ 4 ਲੈਣੇ ਤਾਂ 4 2500 ਰੁਪਏ ਰੱਖ ਲਓ। ਉਸ ਤੋਂ ਬਾਅਦ ਆਪਣੇ ਕੋਲ ਆ ਗਏ ਡਾਇਮੰਡ ਆਫ, ਅਤੇ ਡਾਇਮੰਡ ਆਫ ਦੇਖ ਸਕਦੇ, ਇੱਕ ਚੈੱਕ ਡਮ ਦੇ ਵਿੱਚ ਹੈ ਅਤੇ ਇੱਕ ਡਾਇਮੰਡ ਡਮ ਦੇ ਵਿੱਚ। ਜਿਹੜਾ ਚੈੱਕ ਡਮ ਦੀ ਉਹ ਫਿਊਮਲ ਹੈ, ਜਿਹੜੀ ਇੱਧਰ ਵਾਲੀ ਵਿਊ ਵਾਲੀ ਹੈ ਉਹ ਮੇਲ, ਇਹਨਾਂ ਦਾ ਪੇਅਰ ਹੈ ਜੋ 1500 ਰੁਪਏ ਪੇਅਰ ਦੇ ਹਿਸਾਬ ਨਾਲ ਤੁਹਾਨੂੰ ਮਿਲ ਜੂਗੀ। ਉਸ ਤੋਂ ਬਾਅਦ ਉੱਪਰ ਆ ਗਈ ਆਪਾਂ, ਆਪਣੇ ਕੋਲ ਆ ਗਈ ਬਜਰੀ ਵਰਸ, ਉਹ ਬਜਰੀ ਵਰਸ ਨੇ ਕਲਰ ਕੁਆਲਿਟੀ ਵੀ ਤੁਸੀਂ ਦੇਖ ਸਕਦੇ ਹੋ, ਤੁਸੀਂ ਇਹਨਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ। ਇਹਨਾਂ ਦਾ ਜੋ ਪੇਅਰ ਹੈ 500 ਰੁਪਏ ਪੇਅਰ ਹੈ, ਇਹ ਸੈਮੀ ਅਡਲਟ ਅਤੇ ਅਡਲਟ ਦੇ ਅੰਦਰ ਮਿਕਸ ਹੈ, ਜੇ ਕਿਸੇ ਨੇ ਅਡਲਟ ਲੈਣਾ ਤਾਂ ਵੀ 500 ਰੁਪਏ ਪੇਅਰ ਹੈ, ਅਤੇ ਕਿਸੇ ਨੇ ਸੈਮੀ ਅਡਲਟ ਲੈਣਾ ਤਾਂ ਵੀ 500 ਰੁਪਏ ਪੇਅਰ ਹੈ। ਉਸ ਤੋਂ ਬਾਅਦ ਆਪਣੇ ਕੋਲ ਆ ਗਈ ਫਿੰਚਿਸ, ਆਪਣੇ ਕੋਲ ਫਿੰਚਿਸ ਆ ਗਈਆਂ। ਇਸ ਟਾਈਮ 'ਤੇ ਨੋਟ ਹੈ ਜਿਹੜਾ ਸਾਰਾ ਵਾਈਟ ਫਿੰਚਿਸ ਦਾ ਅਵੇਲੇਬਲ ਹੈ, ਵਾਈਟ ਫਿੰਚਿਸ ਦਾ ਜੋ ਪ੍ਰਾਈਜ਼ ਆ ਉਹ ਹੈਗਾ 300 ਰੁਪਏ ਪੇਅਰ ਦੇ ਹਿਸਾਬ ਨਾਲ, ਵਾਈਟ ਫਿੰਚਿਸ ਦਾ ਪ੍ਰਾਈਜ਼ ਹੈ। ਉੱਪਰ ਇੱਕ ਕੋਕਟੇਲ ਪਿਆ ਵਾ, 1200 ਰੁਪਏ ਦਾ ਕੋਕਟੇਲ ਹੈ, ਗ੍ਰੇ ਕਲਰ ਦਾ ਕੋਕਟੇਲ ਹੈ।